ਮੋਗਾ ਦੇ ਲੁਧਿਆਣਾ ਹਾਈਵੇ ਨੇੜੇ ਦਰਦਨਾਕ ਕਾਰ ਹਾਦਸੇ 'ਚ 3 ਵਿਅਕਤੀਆਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਮੋਗਾ ਦੇ ਪਿੰਡ ਮੈਨਾ ਦੇ ਕੋਲ ਸਕੋਰਪੀਓ ਗੱਡੀ ਅਤੇ ਇੰਡੀਕਾ ਗੱਡੀ ਦੇ ਵਿਚਾਲੇ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਵਾਪਰਿਆ ਹੈ, ਜਿਸ ਵਿੱਚ 9 ਵੈਦ ਜੋੜੇ ਸਣੇ 3 ਦੀ ਮੌਤ ਹੋਈ ਹੈ ਅਤੇ 2 ਲੋਕ ਜ਼ਖਮੀ ਵੀ ਹੋਏ ਹਨ। ਐਕਸੀਡੈਂਟ ਹੋਇਆ 2 ਗੱਡੀਆਂ ਦਾ। ਹਾਂਜੀ, ਇਹ ਤੁਹਾਡੇ ਕੀ ਲੱਗਦੇ ਸੀਗੇ? ਜਿਹੜੇ ਸਕਾਰਪੀਓ ਵਾਲੇ ਮੇਰੇ ਭੂਆਈ ਦਾ ਲੜਕਾ ਸੀਗਾ, ਇੱਕ ਭਾਬੀ ਜੀ ਸੀ ਨਾਲ ਉਹਨਾਂ ਦੀ ਮਿਸਿਜ, ਇੱਕ ਦੂਜੇ ਭੂਆਈ ਦਾ ਲੜਕਾ ਸੀਗਾ ਅਤੇ ਨਾਲ ਉਹਨਾਂ ਦੀ ਲੜਕੀ ਸੀਗੀ ਜਿਹਦੀ ਡੈਥ ਹੋ ਗਈ ਆ ਚੰਡੀਗੜ੍ਹ। ਤੁਹਾਡੇ ਸਕਾਰਪੀਓ ਗੱਡੀ 'ਚ ਬੈਠੇ ਸੀਗੇ? ਸਰ, ਸਕਾਰਪੀਓ ਵਾਲੇ ਰਿਸ਼ਤੇਦਾਰ। ਅਤੇ ਦੂਸਰੀ ਕਿਹੜੀ ਗੱਡੀ ਸੀ? ਦੂਸਰੀ ਦੱਸਦੇ ਆ ਵੀ ਇੰਡੀਗੋ ਕਾਰ ਸੀਗੀ। ਅੱਛਾ, ਅਤੇ ਕਿੱਥੋਂ ਆ ਰਹੇ ਸੀ? ਆਪਣੇ ਮੁੱਲਾਪੁਰ ਤੋਂ ਆ ਰਹੇ ਸੀਗੇ। ਅੱਛਾ, ਅਤੇ ਆਪਣੇ ਸਾਹਮਣੇ ਟੱਕਰ ਹੋਈ ਤਾਂ ਕਿੱਥੋਂ? ਦੂਸਰੀ ਗੱਡੀ ਕ੍ਰੋਸ ਕਰਕੇ ਕਹਿੰਦੇ ਫੁੱਟਪਾਥ ਕ੍ਰੋਸ ਕਰਕੇ ਇੱਧਰਲੇ ਪਾਸੇ ਆਣ ਕੇ ਵੱਜੀ ਸਾਡੇ ਵਾਲੀ ਗੱਡੀ ਸਕਾਰਪੀਓ 'ਚ। ਅਤੇ ਇਹ ਕਿੰਨੇ ਟੋਟਲ ਕਿੰਨੇ ਡੈਥ ਹੋਈ ਆਪਣੇ ਇੱਥੇ? ਸਕਾਰ ਉਹਨਾਂ ਦੇ ਕਹਿੰਦੇ ਆ ਵੀ 2 ਜਿਹੜੇ ਗੱਡੀ ਵਾਲੇ ਇੰਡੀਕੋ ਵਾਲੇ ਸੀ ਉਹਨਾਂ ਦੀ 2 ਜਣਿਆਂ ਦੀ ਡੈਥ ਹੋਈ ਆ। ਅੱਛਾ ਜੀ, ਅਤੇ ਸਾਡੇ 1 ਦੀ ਹੋਈ ਬਲਵਿੰਦਰ ਕੌਰ 'ਚ। ਕੁਛ ਮੈਰਿਜ ਪਾਰਟੀ ਤੋਂ ਵੀ ਆ ਰਹੇ ਸੀ? ਨਹੀਂ, ਕੁਛ ਮੈਰਿਜ ਡੈਥ 'ਤੇ ਕੋਈ ਅਫਸੋਸ ਕਰਕੇ ਆ ਰਹੇ ਸੀ। ਓਕੇ ਸਰ, ਇੱਕ ਮੈਨੇ ਕੋਈ ਐਕਸੀਡੈਂਟ ਹੋਇਆ, ਕਿਵੇਂ ਹੋਇਆ, ਕਿੰਨੇ ਜਣੇ ਮਾਰੇ? ਇਹ ਐਕਸੀਡੈਂਟ ਇੱਕ ਸਕਾਰਪੀਓ ਗੱਡੀ, ਇੱਕ ਇੰਡਿਕਾ ਗੱਡੀ ਹੈ। ਇੰਡਿਕਾ ਗੱਡੀ ਦੇ ਵਿੱਚ 2 ਮੀਆਂ-ਬੀਵੀ ਨੇ ਅਤੇ ਸਕਾਰਪੀਓ ਗੱਡੀ ਦੇ ਜਿਹੜੇ ਇੱਕ ਬਜ਼ੁਰਗ ਔਰਤ ਸੀ, ਕੋਈ ਬਾਕੀ ਇੰਜਲਡ ਹੋਏ ਨੇ, ਬਾਕੀ ਪੁਲਿਸ ਕਾਰ ਵੀ ਚੱਲਦੀ। ਕਿੰਨੇ ਜਣੇ ਦੀ ਮੌਤ ਹੋਈ, ਕਿੰਨੇ ਘਾਇਲ? 3 ਮੌਤ ਹੋਈ, ਇੱਕ ਤਾਂ 2 ਮੀਆਂ-ਬੀਵੀ ਹੋਈ ਹੈ, ਇੱਕ ਸਕਾਰਪੀਓ ਗੱਡੀ ਵਾਲੇ ਹੋਏ ਨੇ, ਬਾਕੀ ਜਿਹੜੀ ਉਹ ਕੁਝ ਇੰਜਲਡ ਨੇ। ਹੋਇਆ ਕਿਵੇਂ, ਹਾਦਸਾ ਕਿਵੇਂ? ਇਹ ਗੱਡੀਆਂ ਆਪਸ ਵਿੱਚ ਦੀ ਵੱਜੀਆਂ, ਬਾਕੀ ਇਨਵੈਸਟੀਗੇਸ਼ਨ 'ਚ ਅਗਲੀ ਜਿਹੜੀ ਕਾਰ ਵੀ ਸਾਹਮਣੇ ਆਊਗੀ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੁਡੇ।